ਇਹ ਜੰਮੂ ਕਸ਼ਮੀਰ ਚ ਪਤਾ ਨਹੀਂ ਇਹ ਕੋਈ ਨਜ਼ਰ ਲੱਗੀ ਦੀ ਹੈ ਕਿ ਜਿਸ ਵੇਲੇ ਵੀ ਕੋਈ ਵੀ ਲਿਸਟ ਜਿਹੜੀ ਹੈ ਨੌਕਰੀਆਂ ਦੀ ਨਿਕਲਦੀ ਹੈ ਤੇ ਉਹ ਪਹਿਲਾਂ ਤੇ ਹੋ ਹੱਲਾ ਹੁੰਦਾ ਧਰਨੇ ਪ੍ਰਦਰਸ਼ਨ ਹੁੰਦੇ ਨੇ ਤੇ ਫੇ ਇਹ ਲਿਸਟਾਂ ਜਿਹੜੀਆਂ ਨਾ ਦਲਤੀ ਦੱਕਰ ਪੁੱਜੀ ਜਾਂਦੀਆਂ ਡੋਗਰੀ ਚ ਇੱਕ ਖਵਾਨ ਹੈ ਸਿਆਣੇ ਦੀ ਗੱਲ ਸਿਰ ਮੱਥਾ ਤੇ ਸਾਰਾ ਪ੍ਰਣਾਲਾ ਉੱਥੂ ਦਾ ਉੱਥ ਹੈ ਇਹ ਖਵਾਨ ਫਿੱਟ ਬੁੰਦਾ ਹੈ ਜੰਮੂ ਕਸ਼ਮੀਰ ਵਿੱਚ ਜਿਸ ਵੇਲੇ ਵੀ ਕੋਈ ਭਰਤੀ ਹੁੰਦੀ ਹੈ ਜਾਂ ਕੋਈ ਲਿਸਟ ਨਿਕਲਦੀ ਹੈ ਤੇ ਉਹਦੇ ਬਾਅਦ ਤਰਨੇ ਪ੍ਰਦਰਸ਼ਨ ਤੇ ਫੀ ਦੌੜ ਦੇ ਅਦਾਲਤੀ ਤੱਕ ਇਹ ਗੱਲ ਪੁੱਜੀ ਸਕਦੀ ਹੈ ਔਰ ਪੁੱਜੀ ਜਾਂਦੀ ਹੈ ਓਨ ਦਿੱ ਤੂੰ ਦਿਖਿਲਾਓ ਕਿ ਸਬ ਇਨਸਪੈਕਟਰ ਦੀ ਭਰਤੀ ਕਿ ਲਈ ਹੈ ਤੂੰ ਦਿਖਾ ਕਰਦੇ ਹੋ ਕਿ ਪਿਛਲੇ ਕਿਸ਼ ਮਹੀਨੇ ਥਮ ਜਿਹੜੇ ਨੌਜਵਾਨ ਨ ਤਰਨੇ ਪ੍ਰਦਰਸ਼ਨ ਕਰਾ ਕਰਦੇ ਨੇ ਸੜਕਾਂ 'ਤੇ ਉਤਰਾ ਕਰਦੇ ਨੇ ਕਾਰਨ ਹੈ ਕਿ ਪਰਥੀ ਦੀ ਜਿਹੜੀ ਉਮਰ ਹੈ ਉਹ ਪਹਿਲੇ 28 ਸਾਲ ਹੀ 28 ਸਾਲ ਉਮਰ ਕੀ ਲੀਆ ਹੋ ਲਗਾਤਾਰ ਵਿਰੋਧ ਪ੍ਰਦਰਸ਼ਨ ਜਿਹੜੇ ਹੈ ਉਹ ਕਰਾ ਕਰਦੇ ਹਾ ਹੁੰਦਾ ਹਕਨਾ ਕਿ ਉਮਰ ਦੀ ਜਿਹੜੀ ਆਯੂ ਸੀਮਾ ਇਸ ਪਰthi ਕੀਤਾ ਰੱਖੀ ਗਈ ਦੀ ਹੈ ਉਸ ਕੀ ਵਧਾਇਆ ਜਾ ਆਪਣੀ ਆਯੂ ਸੀਮਾ ਕੀ ਲਈ ਹੈ ਇਹ ਨੌਜਵਾਨ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਧਿਐਖ ਜਾਂ ਹੁੰਦੇ ਜਿਹੜੇ ਨੁਮਾਇੰਦੇ ਹੁੰਦੇ ਕੰਨੇ ਵੀ ਮਿਲੀ ਔਰ ਉਹਨੇ ਲੋਕਿੰਗ ਹੈ ਇੰਦੀ ਜਿਹੜੀ ਆਵਾਜ਼ ਹੀ ਇੰਦੀ ਜਿਹੜੀ ਮੰਗ ਹੀ ਉਹ ਉਪਰ ਅਜੇ ਪਾਲੋਂਦੇ ਤੱਕ ਰਪਜਾਈ ਤੇ ਉਮਰ 'ਚ ਈੜੇਗੀ ਛੂਟ ਵੀ ਮਿਲੀ ਸਰਕਾਰ ਨੇ ਉਮਰ ਵਧਾਈ ਐ 30 ਸਾਲ ਕਰ ਦਿੱਤੀ ਪਰ ਇਨੇ ਲੋਕਾਂ ਦਾ ਆਖਣਾ ਹਾ ਕਿ ਜਿਹੜੀ ਆਯੂ ਸੀਮਾ ਦੀ ਜਿਹੜੀ ਉਮਰ ਐ ਉਹ 33 ਸਾਲ ਹੋਣੀ ਚਾਹੀਦੀ ਔਰ ਇਨੇ ਫੀਤ ਤਰਨਾ ਪ੍ਰਦਰਸ਼ਨ ਸ਼ੁਰੂ ਕੀਤੇ ਪਰ ਬਾਅਦ ਵਿੱਚ ਇਨੇਗੀ ਉਪਰ ਅਜੇ ਪਾਲੋਂ ਨੇ ਸਮਾਂ ਦਿੱਤਾ ਤੇ ਇੰਦੀ ਸਭਨੇ ਦੀ ਜਿਹੜੀ ਮਲਾਟੀ ਉਹ ਉਪਰ ਅਜੇ ਪਾਲੋਂ ਦੇ ਕਰਨੇ ਵੀ ਹੋਈ ਉਹਨੇ ਬੜੀ ਗੈ ਗੰਭੀਰਤਾ ਕਰਨੇ ਇੰਦੀ ਮੰਗ ਕੀ ਸੁਣਿਆ ਔਰ ਇੱਥੋਂ ਤੱਕ ਕਰ ਕਿ ਇਨੇ ਕੀ ਲੱਡੂ ਵੀ ਖਲਾਏ ਔਰ ਜਿਸ ਵੇਲੇ ਇਹ ਉਥੋਂ ਬਾਹਰ ਆਏ ਪਰ ਇਨੇ ਸੋਚਿਆ ਅੱਜ ਸਾਰੀ ਮੰਗ ਜਿਹੜੀ ਹੈ ਉਹ ਮਨੋਈ ਜਾਗ ਪਰ ਅਜੇ ਤੱਕ ਇੰਦੀ ਇੱਕੜੀ ਮੰਗ ਜਿਹੜੀ ਹੈ ਉਹ ਮਨੋਈ ਨਹੀਂ ਇਸ ਬਤਸਾ ਇਹ ਪ੍ਰਤੀਯਾਉਣ ਅਤਰਨੇ ਪ੍ਰਦਰਸ਼ਨ ਕਰਾ ਕਰਦੇ ਨੇ ਇਹ ਜਿਹੜੀ ਅਸਾਮੀਆਂ ਦੀ ਸਬ ਇਨਸਪੈਕਟਰ ਦੀ ਅਸਾਮੀਆਂ ਦੀ ਜਿਹੜੀ ਗਿਣਤਰੀ ਹੀ ਪਹਿਲਾਂ ਤੇ 800 ਹੀ ਤੇ ਫਿਰ ਵਧਾਈ 1200 ਕਰ ਦਿੱਤੀ ਗਈ ਅਗਰ ਦੇਖਿਆ ਜਾ ਤਾਂ ਇੰਨੀਆਂ ਅਸਾਮੀਆਂ ਨਿਕਲੀਆਂ ਕਿਆਂ ਕੀ ਕਿ ਪਹਿਲੇ ਮੈਂ ਮਤੀ ਪਿੱਛੇ ਤੇ ਨਹੀਂ ਜਾਂਗਾ ਪਰ ਪਿਛਲੇ ਵਾਰੀ 2009 ਚ ਪਹਿਲਾ ਉਥੋਂ ਸ਼ੁਰੂ ਕਰੂੰ ਮੈਂ 2009 ਚ ਐਸਆਈ ਦੇ ਜਿਹੜੇ ਫਾਰਮ ਹੈ ਇਹ ਲੱਗੇ ਫਿਰ ਉਹਦਾ ਬਾਅਦ 2016 ਚ ਲੱਗੇ ਤੇ ਫਿਰ ਉਹਦਾ ਬਾਅਦ ਹੁਣ 2021 ਚ ਲੱਗੇ ਵਿੱਚ ਕਿੰਨਾ ਵਖਵਾ ਆ ਇਹ ਤਾਂ ਉਸ ਚੰਗੀ ਚੱਲੀ ਜਾਂਦੇ ਹੋ ਔਰ ਸਰਕਾਰ ਕੀ ਚਾਹੀਦਾ ਕਿ ਅਗਰ ਵਿੱਚ ਵਿੱਚ ਹਰ ਸਾਲਾ ਬਾਅਦ ਅਗਰ ਜਿੰਨੀਆਂ ਵੀ ਹੁੰਦੇ ਕੋਲ ਅਸਾਮੀਆਂ ਬਚਦੀਆਂ ਆ ਉਹ ਕੱਢੀ ਦਿੱਤੀ ਜਾਂਦੀ ਤਾਂ ਅੱਜ ਇਹ ਚੀਜ਼ ਦਿਖਣੇ ਚ ਨਹੀਂ ਆਉਂਦੀ ਪਰ ਜਿਹੜੇ ਬੱਚੇ ਹੁੰਦਾ ਵੀ ਇਹ ਗਲਾਨਾ ਹੈ ਕਿ ਕਿ ਬੈਸੇ ਵੀ ਇੱਕ ਗੱਲ ਦਿਖਣਿਆਲੀ ਹੈ ਕਿ ਜੰਮੂ ਕਸ਼ਮੀਰ ਚ ਪਤਾ ਨਹੀਂ ਇਹ ਕੋਈ ਨਜ਼ਰ ਲੱਗੀਦੀ ਹੈ ਕਿ ਜਿਸ ਵੇਲੇ ਵੀ ਕੋਈ ਵੀ ਲਿਸਟ ਜਿਹੜੀ ਹੈ ਨੌਕਰੀਆਂ ਦੀ ਨਿਕਲਦੀ ਹੈ ਤੇ ਉਹ ਪਹਿਲਾਂ ਤੇ ਹੋ ਹੱਲਾ ਹੁੰਦਾ ਧਰਨੇ ਪ੍ਰਦਰਸ਼ਨ ਹੁੰਦੇ ਨੇ ਤੇ ਫੇ ਇਹ ਲਿਸਟਾਂ ਜਿਹੜੀਆਂ ਨਾ ਦਲਤੀ ਤੱਕਰ ਪੁੱਜੀ ਜਾਂਦੀਆਂ ਔਰ ਜੀਆਂ 216 ਦੀ ਜਿਹੜੀ ਲਿਸਟ ਨਿਕਲੀ ਸੀ ਸਬ ਇਨਸਪੈਕਟਰਾਂ ਦੀ ਉਹ ਵੀ ਜਿਹੜਾ ਮਾਮਲਾ ਹੈ ਉਹ ਅਦਾਲਤ ਦੇ ਸੰਗਿਆਨ ਚ ਗਿਆ ਔਰ ਅਦਾਲਤ ਨੇ ਵੀ ਇੱਕ ਹੁਕਮਨਾਮਾ ਜਾਰੀ ਕੀਤਾ ਹੈ ਕਿ ਇਸ ਲਿਸਟ ਕੀ ਰੱਦ ਕਰ ਦਿੱਤਾ ਜਾ ਪਰ ਦਿਖਣੇ ਵਾਲੀ ਗੱਲ ਇਹ ਹੈ ਕਿ ਜਿਹੜੇ 216 ਚ ਜਿਹੜੇ ਬੱਚੇ ਲੱਗੇ ਹੈ ਜਿੰਦੀ ਹੁਣ 221 ਤੱਕ ਕਿੰਨੇ ਵਾਰੇ ਨੌਕਰੀ ਵੀ ਹੋਈ ਚੁੱਕੀ ਦੀ ਹੈ ਪਰ ਉਹ ਤੇ ਨੌਕਰੀ ਕਰਾ ਕਰਦੇ ਨੇ ਤੇ ਜਿਹੜੇ ਨਵੇਂ ਬੱਚੇ ਉਸ ਵਿੱਚ ਸ਼ਾਮਲ ਹੋਣੇ ਨੇ ਤੇ ਉੰਦੀ ਇਸ ਵੇਲੇ ਕਿੰਨੀ ਉਮਰ ਹੈ ਕਿ ਕਿ ਉੰਦੀ ਤੇ ਇੰਨੀ ਨੌਕਰੀ ਹੋਈ ਗਈ ਪਰ ਇੰਦੀ ਕਿੰਨੀ ਹੋਈ ਹੈ ਇਹ ਤੇ ਸਰਕਾਰ ਨੇ ਜਾਂ ਮਤਲਕਾ ਮਹਿਕਮੇ ਨੇ ਦੇਖਣਾ ਪਰ ਸੋਚਣੀ ਵਾਲੀ ਗੱਲ ਇਹ ਹੈ ਕਿ ਜਿੰਨੀਆਂ ਵੀ ਲਿਸਟਾਂ ਨਿਕਲਦੀਆਂ ਜਿੰਨੇ ਵੀ ਅਹੁਦੇ ਨਿਕਲਦੇ ਨੇ ਉਹ ਅਦਾਲਤਾਂ 'ਚ ਕੀ ਪੁੱਜੀ ਜਾਂਦੇ ਨੇ ਕੁਦੇ ਨਾ ਕੁਦੇ ਕੋਈ ਨਾ ਕੁਦੇ ਨਾ ਕੁਦੇ ਕੋਈ ਨਾ ਕੋਈ ਗਲਤੀ ਤੇ ਜ਼ਰੂਰ ਹੁੰਦੀ ਹੈ ਨਾ ਕਿ ਕਿ ਅਗਰ ਮਤਿਹਾਨ ਵੀ ਹੁੰਦੇ ਨੇ ਤੇ ਪਾਰਦਰਸ਼ਤਾ ਕੀ ਨਹੀਂ ਹੁੰਦੀ ਐਸੀ ਸਥਿਤੀ ਕੀ ਬਣਦੀ ਹੈ ਕਿ ਜਿੰਨੇ ਵੀ ਲੋਕਨ ਉਨੇ ਕੀ ਅਦਾਲਤ ਦਾ ਜਿਹੜਾ ਦਰਵਾਜ਼ਾ ਹੈ ਉਹ ਖੜਕਾਣੇ ਪਉਂਦਾ ਹੈ ਇਹ ਗੱਲ ਜਿਹੜੀ ਹੈ ਇਹ ਜਰੂਰ ਸੋਚਣੇ ਵਾਲੀ ਹੈ ਔਰ ਦੇਖਣੇ ਵਾਲੀ ਹੈ ਜੀਆਂ ਤੋਂ ਦਿਖਾ ਕਰਦੇ ਹੋ ਕਿ ਸਾਬ ਇਨਸਪੈਕਟਰ ਚ ਅੱਜ ਉਹ ਉਮਰ ਕੀ ਲਈ ਹੈ ਅ ਦਰਨੇ ਪ੍ਰਦਰਸ਼ਨ ਕਰਾ ਕਰਦੇ ਨੇ ਇਹ ਦਰਨੇ ਪ੍ਰਦਰਸ਼ਨ ਜਿਹੜੇ ਨੇ ਇਹ ਕੋਈ ਚੰਗੀ ਗੱਲ ਨਹੀਂ ਹੈ ਸਰਕਾਰ ਕੀ ਵੀ ਚਾਹੀਦਾ ਹੈ ਕਿ ਇਸ ਵਕੀ ਗੰਭੀਰਤਾ ਕਨ ਵਿਚਾਰ ਬਿਰਮਸ਼ ਕਰਾ ਤੇ ਜਿਹੜੇ ਵਿਦਿਆਰਥੀ ਜਿਨੇ ਕਿ ਮੇ ਵਿਦਿਆਰਥੀ ਆਖੂ ਜਾਂ ਅਭਿਵਾਰਥੀ ਆਖੂ ਜਿਹਨੇ ਇਹਨੇ ਅਸਾਮੀਏ ਦਿੱਤਾ ਫਾਰਮ ਪਰ ਇਹਦੇ ਨੇ ਉਹਨੇ ਕੀ ਆਯੂ ਸੀਮਾ ਚ ਥੋੜੀ ਬਹੁਤ ਛੂਟ ਜ਼ਰੂਰ ਦੇ ਆ ਪਰ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਤਰਨੇ ਪ੍ਰਦਰਸ਼ਨ ਕਰਨੇ ਦਾ ਕਾਰਨ ਕੀ ਹੈ ਕੀ ਤਰਨੇ ਪ੍ਰਦਰਸ਼ਨ ਕਰਨੇ ਉਪਰ ਬਚੇਗੀ ਜਾਂ ਸਾਡੇ ਨੌਜਵਾਨੇ ਕੀ ਮਜਬੂਰ ਹੋਣਾ ਪੜਦਾ ਹੈ ਕਿ ਕੇ ਅਗਰ ਦਿਖਿਆ ਜਾ ਤਾਂ ਬੱਚੇ ਦਾ ਆਖਣਾ ਹੈ ਕਿ ਸਰਕਾਰ ਤੱਕ ਗੱਲ ਪਹਾਨੇ ਦਾ ਕੋਈ ਐਸਾ ਤਰੀਕਾਕਾਰ ਨਹੀਂ ਹੈ ਕਿ ਸਰਕਾਰ ਸਾਡੀ ਗੱਲ ਜਿਹੜੀ ਸਾਡੀ ਮੰਗ ਹੈ ਜਿਹੜਾ ਸਾਡਾ ਮਾਮਲਾ ਹੈ ਉਸ ਦੀ ਸੁਣੇ ਹੁੰਦਾ ਆਖਣਾ ਹੈ ਕਿ ਅਸ ਅਧਿਕਾਰੀਆਂ ਤੱਕਰ ਗੱਲ ਪਹਾਨੇ ਆ ਜਾਂ ਈਮੇਲ ਕਰਨਿਆਂ ਜਾਂ ਸੋਸ਼ਲ ਮੀਡੀਆ ਦਾ ਸਾਰਾ ਲੈਣਿਆਂ ਪਰ ਅਧਿਕਾਰੀਆਂ ਦੇ ਕੇ ਟੇਬਲਾ ਦਾ ਹਾਲ ਹੈ ਦੋ ਵਾਲਾ ਗੱਲ ਫਿਰਦੀ ਹੈ ਤੇ ਫੀ ਪਰਤੀ ਹੈ ਪਤਾ ਨਹੀਂ ਕਿਹੜੀ ਫਾਈਲ ਦੇ ਅਠ ਦਬੋਈ ਜਾਂਦੀ ਹੈ ਤੇ ਸਾੜੀ ਜਿਹੜੀ ਗੱਲ ਹੈ ਉਹ ਉਪਰ ਸਰਕਾਰ ਤੱਕ ਨਹੀਂ ਪਹੁੰਚਦੀ ਤੇ ਇਸ ਵਾਸਤੇ ਅਸੇਂ ਹੀ ਤਰਨੇ ਪ੍ਰਦਰਸ਼ਨ ਕਰਨੇ ਪਰ ਮਜਬੂਰ ਹੋਣਾ ਪੜਦਾ ਹੈ ਤੇ ਸਰਕਾਰਗੇ ਵੀ ਚਾਹੀਦਾ ਹੈ ਕੋਈ ਐਸਾ ਤਰੀਕਾ ਕਾਰ ਕੱਢਿਆ ਜਾ ਜੇ ਨੌਜਵਾਨੇ ਦੀ ਗੱਲ ਵੀ ਸੁਣੀ ਜਾ ਔਰ ਅਗਰ ਉਹ ਗੱਲ ਠੀਕ ਹੈ ਅਗਰ ਉਹ ਜਾਇਜ਼ ਹੈ ਤੇ ਉਸ ਉਪਰ ਪ੍ਰਾਥਮਿਕਤਾ ਦੇ ਆਧਾਰ ਉਪਰ ਅਮਲ ਵੀ ਹੋਣਾ ਚਾਹੀਦਾ ਤਾਂ ਕਿ ਨੌਜਵਾਨ ਤਪਕੇਗੀ ਤਰਨੇ ਪ੍ਰਦਰਸ਼ਨੇ ਦਾ ਸਾਰਾ ਨਹੀਂ ਲੈਣਾ ਪਵੇ